ਭਾਜੀ ਇੱਕ ਪਿੰਡ 'ਚ ਮੁੰਡਾ ਰਹਿੰਦਾ, ਬਹੁਤ ਹੀ ਦਿਮਾਗੀ ਆ, ਗਰੀਬ ਆ ਘਰੋਂ, ਬਸ ਥੋੜ੍ਹਾ ਜਿਹਾ ਪ੍ਰੋਬਲਮ ਘਰ 'ਚ ਹੈਗੀ ਥੋੜ੍ਹੀ ਬਹੁਤੀ, ਪਰ ਇਹਦਾ ਮੈਥੇਮੈਟਿਕ ਇੰਨਾ ਤੇਜ਼ ਆ ਕਿ ਚੰਗੇ ਪੜ੍ਹੇ ਲਿਖੇ ਵੀ ਇਸ ਬੰਦੇ ਨਾਲ ਗੱਲ ਨਹੀਂ ਕਰ ਸਕਦੇ। ਇਹ ਇੱਕ ਤੋਂ ਲੈ ਕੇ ਡੇਢ ਪੌਣੇ ਦੋ, ਤਿੰਨ, ਸਾਢੇ ਤਿੰਨ, ਸਵਾ ਤਿੰਨ, ਜਿੰਨੇ ਦਾ ਮਰਜ਼ ਮਤਲਬ ਭਾੜਾ ਕਹੋ ਉਨੇ ਦਾ ਸੁਣਾਉਣ ਨੂੰ ਤਿਆਰ ਆ। ਹੁਣ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰਨ ਲੱਗਾ ਕਿ 7:30 ਦਾ ਭਾੜਾ ਪਹਿਲਾਂ ਇਹ ਸੁਣਾਉਣ, ਤਾਂ ਤੁਸੀਂ ਸਾਰੇ ਸੁਣੋ। 7:30 7:30 15 7:30 ਹੀ ਆ, 22:30 7:30 ਚੁਕਾ 30 7:30 50 7:37 7:30 ਛਿਕਾ 45 7:37 52 7:38 60 7:39 67 75। ਭਾਅ ਜੀ ਇਹ ਤੁਹਾਨੂੰ ਐਗਜ਼ਾਮਪਲ ਚੈੱਕ ਕਰਾਇਆ, ਹੁਣ ਤੁਹਾਨੂੰ ਇੱਕ ਅੱਧੇ ਹੋਰ ਇਹਨਾਂ ਨੇ ਭਾਅ ਜੀ ਹੁਣੀ ਨੇ ਆਪਣੇ ਹਿਸਾਬ ਨਾਲ ਕੋਈ ਚੀਜ਼ ਸੁਣਾਉਣਗੇ, ਜਰਾ ਸੁਣ ਲਿਓ ਭਾਅ ਜੀ ਇੱਕ ਅੱਧਾ ਭਾੜਾ ਹੋਰ ਸੁਣਾ ਦਿਓ, ਕੋਈ ਜਿਹੜਾ ਮਰਜ਼ੀ ਕੋਈ ਸੁਣਾ ਦਿਓ, ਭਾਜੀ ਅੱਜ ਕੱਲ ਦੀ ਜਨਰੇਸ਼ਨ ਤੋਂ ਇਸ ਭਾਈ ਸਾਹਿਬ ਤੋਂ ਥੋੜਾ ਜਿਹਾ ਅਕਲ ਲੈਣੀ ਚਾਹੀਦੀ ਆ। MBA ਦੇ ਬੰਦੇ ਵੀ ਇਹਨਾਂ ਦੇ ਮੁਕਾਬਲੇ ਭਾੜੇ ਸੁਣ ਨਹੀਂ ਸਕਦੇ, ਪੜ੍ਹ ਨਹੀਂ ਸਕਦੇ। ਥੈਂਕ ਯੂ ਜੀ, ਸ਼ੇਅਰ ਕਰੋ ਜੀ ਮੇਰਾ ਵੀਰ ਸਾਰਿਆਂ ਨੂੰ। ਇਹ ਭਾਅ ਜੀ ਫਲੋਰ ਤੋਂ ਨੇ, ਗੜਾ ਰੋਡ 'ਤੇ ਰਹਿੰਦੇ ਨੇ।